ਰੇਡੀਓ ਹਾਂਜੀ 1674 AM ਦੋਸਤੋ, ਮੈਂ ਗੁਰਜੋਤ ਸਿੰਘ ਸੋਢੀ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਜੀ ਸਵਾਗਤ। ਸਾਡੀ ਇੱਕ ਖਾਸ ਪੇਸ਼ਕਸ਼ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਸੰਸਥਾਵਾਂ ਉਹਨਾਂ ਔਰਗਨਾਈਜੇਸ਼ਨਸ ਦੇ ਨਾਮ ਜਿਹੜੇ ਆ ਤੁਹਾਡੇ ਤੱਕ ਪਹੁੰਚਦੇ ਕਰ ਸਕੀਏ, ਉਹਨਾਂ ਦੇ ਵਲੰਟੀਅਰਸ ਦੇ ਨਾਮ ਪਹੁੰਚਦੇ ਕਰ ਸਕੀਏ ਜੋ ਇਸ ਵਕਤ ਆਪਣੇ ਤਨੋਂ ਮਨੋਂ ਧਨੋਂ ਜਿਹੜੀ ਆ ਸੇਵਾ ਨਿਭਾ ਰਹੇ ਨੇ, ਜਿਹੜੀਆਂ ਬੁਸ਼ ਫਾਇਰ ਜੰਗਲਾਂ ਝਾੜੀਆਂ ਦੀ ਅੱਗ ਆਸਟ੍ਰੇਲੀਆ ਦੇ ਵਿੱਚ ਲੱਗੀ ਜਿਵੇਂ ਤੁਹਾਨੂੰ ਪਤਾ ਹੈ, ਔਰ ਉਸ ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ। ਉੱਥੇ ਸੁਣਨ ਦੇ ਲਈ ਤੁਹਾਨੂੰ ਜੇ ਕੰਨ ਹੀ ਮਿਲ ਜਾਵੇ, ਤੁਹਾਡੀ ਇਮੋਸ਼ਨਸ ਵੰਡਾਉਣ ਦੇ ਲਈ ਕੋਈ ਜੀ ਮਿਲੇ ਤਾਂ ਇਹਦੇ ਨਾਲ ਦੀ ਰੀਸ ਕੀ। ਸੋ ਇਹ ਉਹ ਸੱਜਣ ਨੇ ਜੋ ਇਸ ਵਕਤ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਕਰ ਰਹੇ ਨੇ। ਮੇਰੀ ਅਗਲੀ ਗੱਲਬਾਤ ਜਿਹੜੀ ਹੈ ਜੀ ਮਨਪ੍ਰੀਤ ਸਿੰਘ ਸਪਰਾ ਜੀ ਦੇ ਨਾਲ ਹੋਣ ਜਾ ਰਹੀ ਹੈ। ਆਸਟ੍ਰੇਲੀਅਨ ਸਿੱਖ ਸਪੋਰਟ ਇਸ ਔਰਗਨਾਈਜੇਸ਼ਨ ਦੇ ਨਾਮ ਤੋਂ ਤੁਸੀਂ ਭਲੀ ਭਾਂਤੀ ਵਾਕਫ ਹੋਵੋਗੇ। ਇਸ ਵਕਤ ਇਹ ਔਰਗਨਾਈਜੇਸ਼ਨ ਜਿਹੜੀ ਆ ਇਹ ਵੀ ਕੰਮ ਕਰ ਰਹੀ ਹੈ ਜੀ ਗਰਾਊਂਡ ਜ਼ੀਰੋ ਦੇ ਉੱਤੇ, ਕਰੀਬਨ ਗੁਰੂ ਘਰ ਦੇ ਨਾਲ ਐਸੋਸੀਏਟ ਹੋ ਕੇ ਇਹਨਾਂ ਵੱਲੋਂ ਵੀ ਜਿਹੜਾ ਆ ਡੋਨੇਸ਼ਨਸ ਇਕੱਠੀਆਂ ਕੀਤੀਆਂ ਗਈਆਂ, ਔਰ ਹੁਣ ਆਪਣਾ ਸਮਾਂ ਜਿਹੜੇ ਇਹਨਾਂ ਦੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਵਲੰਟੀਅਰ ਨੇ ਮਨਪ੍ਰੀਤ ਜੀ ਆਪ ਵੀ, ਸੋ ਗਰਾਊਂਡ ਜ਼ੀਰੋ ਦੇ ਉੱਤੇ ਕੰਮਕਾਰ ਜਿਹੜਾ ਕਰ ਚੁੱਕੇ ਨੇ। ਸੋ ਕਿੱਥੇ ਇਸ ਵਕਤ ਬੇਸ ਨੇ, ਕੀ ਇਹ ਗੱਲਬਾਤ ਆ, ਆਪਾਂ ਅਗਲੀ ਮਨਪ੍ਰੀਤ ਜੀ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ, ਔਰ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਜੀ ਆਇਆਂ ਆਖਦੇ ਹਾਂ। ਮਨਪ੍ਰੀਤ ਜੀ ਫਤਿਹ ਦੀ ਪਾਉਂਦੇ ਹਾਂ ਜੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰੇਡੀਓ ਸੁਣ ਰਹੀ ਸਾਰੀ ਸਰੋਤਾਂ ਨੂੰ ਜੀ, ਮੇਰਾ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੀਰ ਜੀ ਤੁਹਾਡੇ, ਕਿਉਂਕਿ ਤੁਸੀਂ ਉਹ ਨਾਮ ਹੋ, ਤੁਹਾਡੀਆਂ ਔਰਗਨਾਈਜੇਸ਼ਨਸ ਉਹ ਨਾਮ ਨੇ ਜਿਨ੍ਹਾਂ ਕਰਕੇ ਪੂਰੇ ਹੀ ਭਾਈਚਾਰੇ ਨੂੰ ਇਸ ਵਕਤ ਬੜਾ ਮਾਣ ਮਹਿਸੂਸ ਹੋ ਰਿਹਾ। ਬੜੇ ਮੇਰੇ ਵਰਗੇ ਹੋਣਗੇ ਜੋ ਫੇਸਬੁੱਕ ਦੇ ਉੱਤੇ ਪੋਸਟ ਸ਼ੇਅਰ ਕਰ ਦਿੰਦੇ ਨੇ ਕਿ ਆਹ ਦੇਖੋ ਸਾਡਾ ਭਾਈਚਾਰਾ ਕਿੰਨਾ ਅਗਾਂਹ ਵੱਧ ਕੇ ਕੰਮ ਕਰ ਰਿਹਾ, ਪਰ ਉਸ ਭਾਈਚਾਰੇ 'ਚੋਂ ਵੀ ਚੰਦ ਲੋਕ ਹੁੰਦੇ ਨੇ ਜੋ ਅਗਾਂਹ ਵੱਧ ਕੇ ਕੰਮ ਕਰਦੇ ਨੇ। ਮੈਨੂੰ ਲੱਗਦਾ ਕਿ ਇਹਦੇ ਲਈ ਤੁਹਾਨੂੰ ਮੁਬਾਰਕਾਂ ਦੇਣੀਆਂ ਬਣਦੀਆਂ ਨੇ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੀ ਟੀਮ ਨੂੰ ਕਿ ਤੁਸੀਂ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ। ਥੈਂਕ ਯੂ ਜੀ, ਇਹ ਤਾਂ ਗੁਰੂ ਮਹਾਰਾਜ ਦੀ ਮਿਹਰ ਸਦਕਾ ਹੋ ਰਿਹਾ ਜੀ, ਅਸੀਂ ਕੁਛ ਨਹੀਂ ਕਰਨ ਵਾਲੇ, ਗੁਰੂ ਮਹਾਰਾਜ ਕਰਾ ਰਹੇ ਹਾਂ ਜੀ ਸਾਰਾ ਕੁਛ ਜੀ। ਵੀਰ ਜੀ ਪਹਿਲਾ ਸਵਾਲ ਜਿਹੜਾ ਆ ਜਾਂਦਾ ਆ ਉਹ ਆ ਕਿ ਇਸ ਵਕਤ ਤੁਹਾਡੀ ਔਰਗਨਾਈਜੇਸ਼ਨ ਜਿਹੜੀ ਆ, ਜਿਹੜੇ ਵਲੰਟੀਅਰਸ ਨੇ ਉਹ ਕਿੱਥੇ ਬੇਸ ਨੇ ਜਦੋਂ ਆਪਾਂ ਵਿਕਟੋਰੀਆ ਦੀ ਗੱਲ ਕਰਦੇ ਹਾਂ? ਭਾਜੀ ਇਸ ਟਾਈਮ ਸਾਡੇ ਵਲੰਟੀਅਰ ਜਿਹੜੇ ਹੈਗੇ ਆ ਵਿਕਟੋਰੀਆ ਦੇ ਵਿੱਚ ਵੈਂਕਰੈਟਾ ਤੇ ਵੰਡੋਂਗਾ, ਉਹ ਰਿਲੀਫ ਸੈਂਟਰਾਂ ਦੇ ਵਿੱਚ ਬੇਸ ਹੈਗੇ ਨੇ ਇਸ ਟਾਈਮ। ਉੱਥੇ ਉਹਨਾਂ ਨੂੰ ਜੋ ਲੰਚ ਤੇ ਡਿਨਰ ਦੀ ਸੇਵਾਵਾਂ ਚੱਲ ਰਹੀਆਂ ਨੇ, ਉੱਥੇ ਜਿਹੜੇ ਹੋਰ ਵੀ ਕਲੱਬ ਹੈਗੇ ਨੇ ਤੇ ਉਹਨਾਂ ਨਾਲ ਵੀ ਵਲੰਟੀਅਰ ਹੈਲਪ ਕਰਵਾਈ ਜਾ ਰਹੀ ਹੈ, ਜਿਵੇਂ ਲੋਇੰਸ ਕਲੱਬ ਹੈ, ਰੋਟਰੀ ਕਲੱਬ ਹੈ, ਇੱਕ ਕੈਨਿਕ ਕਲੱਬ ਹੈ ਜਿੱਥੇ ਸਪੋਰਟ ਕਲੱਬ ਹੈ, ਜਿੱਥੇ ਰਿਲੀਫ ਸੈਂਟਰ ਬਣਾਇਆ ਗਿਆ ਕਿਉਂਕਿ ਉਹਨਾਂ ਦਾ ਹੀ ਸਾਨੂੰ ਸਪੈਸ਼ਲ ਆਇਆ ਸੀਗਾ ਫੋਨ, ਤਾਂ ਫਿਰ ਅਸੀਂ ਉਹਨਾਂ ਨਾਲ ਜਾ ਕੇ ਜੁਆਇਨ ਕਰਕੇ ਤੇ ਉਹਨਾਂ ਨੂੰ ਬ੍ਰੇਕਫਾਸਟ, ਲੰਚ ਤੇ ਡਿਨਰ ਪ੍ਰੋਵਾਈਡ ਕਰਵਾਇਆ ਜਾ ਰਿਹਾ ਸੀ। ਸੋ ਮਨਪ੍ਰੀਤ ਸਿੰਘ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਇਹਨਾਂ ਰਿਲੀਫ ਸੈਂਟਰਸ ਦੀ, ਇਸ ਵਕਤ ਇਹ ਰਿਲੀਫ ਸੈਂਟਰਸ ਜੇ ਮੇਰੀ ਸਮਝ ਆ ਤਾਂ ਉਹਨਾਂ ਲਈ ਬਣੇ ਨੇ ਜਿਹੜੇ ਲੋਕਾਂ ਦੇ ਘਰ ਜਿਹੜੇ ਅੱਗ ਦੀ ਚਪੇਟ 'ਚ ਆਏ ਨੇ, ਜਿਨ੍ਹਾਂ ਦੀਆਂ ਜਾਇਦਾਦਾਂ ਸੜ ਚੁੱਕੀਆਂ ਨੇ, ਹੁਣ ਮਗਰ ਜਾਣ ਦੇ ਲਈ ਵੀ ਕੋਈ ਥਾਂ ਟਿਕਾਣਾ ਨਹੀਂ। ਸੋ ਰਿਲੀਫ ਸੈਂਟਰ ਦੇ ਵਿੱਚ ਉਹ ਲੋਕ ਜਾਂਦੇ ਨੇ ਅਤੇ ਨਾਲ ਦੀ ਨਾਲ ਇਹ ਰਿਲੀਫ ਸੈਂਟਰ ਜਿਹੜੇ ਨੇ, ਜਿਹੜੇ ਸਾਡੇ ਫਾਇਰ ਫਾਈਟਰਸ ਨੇ ਜਾਂ ਜਿੰਨੇ ਵੀ ਵਲੰਟੀਅਰ ਉੱਥੇ ਮਦਦ ਕਰ ਰਹੇ ਨੇ, ਚਾਹੇ ਐਸ ਸੀ ਐਸ ਸਟਾਫ ਦੇ ਨਾਲ ਜੁੜੇ ਹੋਣ, ਚਾਹੇ ਰਿਜ਼ਰਵਸ ਹੋਣ, ਸੋ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੋਂ ਜਿਹੜੀ ਖਾਣ ਪੀਣ ਤੋਂ ਲੈ ਕੇ ਹਰ ਕਿਸਮ ਦੀ ਸੁਵਿਧਾ ਜਿਹੜੀ ਆ ਉੱਥੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਵਾਲ ਮੇਰਾ ਇਹ ਆਉਂਦਾ ਜੀ ਕਿ ਕਿੰਨੇ ਕੁ ਲੋਕ ਨੇ ਇਹਨਾਂ ਰਿਲੀਫ ਸੈਂਟਰਾਂ ਦੇ ਉੱਤੇ ਜਿਨ੍ਹਾਂ ਦੇ ਲਈ ਤੁਹਾਡੀਆਂ ਆਰਗਨਾਈਜੇਸ਼ਨ ਸਾਰੀਆਂ ਦੀਆਂ ਸਾਰੀਆਂ ਕੰਮਕਾਰ ਕਰ ਰਹੀਆਂ ਨੇ? ਦੇਖੋ ਜੀ, ਵੈਂਗਰਾਟਾ ਦੇ ਵਿੱਚ ਨੀਅਰਲੀ 200 ਤੋਂ ਉੱਤੇ ਵੀ ਕਹਿ ਸਕਦੇ ਹੋ ਲੋਕ ਹੈਗੇ ਨੇ, ਕਿਉਂਕਿ ਉਹ ਸ਼ੋਅ ਗਰਾਊਂਡ ਕਾਫੀ ਵੱਡਾ ਹੈ। ਉੱਥੇ ਲੋਕ ਆਪਣੀ ਕੈਰਾਵੈਨ ਲੈ ਕੇ, ਆਪਣੇ ਐਨੀਮਲਸ ਲੈ ਕੇ, ਉਹ ਰਿਲੀਫ ਸੈਂਟਰ ਬਣਾਇਆ ਗਿਆ ਕਿ ਜਿਨ੍ਹਾਂ ਕੋਲ ਐਨੀਮਲਸ ਹੈਗੇ ਆ, ਤੇ ਮੋਸਟਲੀ ਆਪਣੇ ਸਾਰਿਆਂ ਕੋਲ ਐਨੀਮਲਸ ਹੈਗੇ ਹੀ ਹੈ, ਹੋਰਸ ਹੋ ਗਏ, ਡੋਗ ਹੋ ਗਏ, ਕੈਟ ਹੋ ਗਈਆਂ, ਤਾਂ ਉਹਨਾਂ ਵਾਸਤੇ ਉਹ ਰਿਲੀਫ ਸੈਂਟਰ ਬਣਾਇਆ ਗਿਆ। ਉੱਥੇ ਉਹਨਾਂ ਦੇ ਹੋਰਸ ਦੇ ਰਹਿਣ ਦਾ, ਡੋਗ ਦੇ ਰਹਿਣ ਦਾ ਤੇ ਕੈਟ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ। ਤੇ ਵੰਡੋਂਗਾ ਦੇ ਵਿੱਚ ਵੀ ਇਹੀ ਸਿਚੁਏਸ਼ਨ ਹੈਗੀ ਆ, ਉੱਥੇ ਨੀਅਰਲੀ 100 to 150 ਬੰਦਾ ਰਹਿ ਰਿਹਾ ਜੀ। ਜੀ ਸੋ ਸਿੰਘ ਸਾਹਿਬ ਜਦੋਂ ਗੱਲ ਆਉਂਦੀ ਆ, ਆਪਾਂ ਓਬਵੀਅਸਲੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਅਤੇ ਬੜੀਆਂ ਔਰਗਨਾਈਜੇਸ਼ਨ ਆ ਜਿਨ੍ਹਾਂ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦੇ ਦਿਨ ਆਪਾਂ ਰਾਬਤਾ ਕਾਇਮ ਕਰ ਸਕੀਏ। ਅਤੇ ਇੱਕ ਚੀਜ਼ ਤੁਸੀਂ ਬੜਾ ਵਧੀਆ ਗੱਲ ਕੀਤੀ ਕਿ ਨਾ ਸਿਰਫ ਇਨਸਾਨ ਬਲਕਿ ਜਿਹੜੇ ਉਹਨਾਂ ਦੇ ਅਗਲੇ ਪਾਸੇ ਪਾਲਤੂ ਜਾਨਵਰ ਨੇ ਜਾਂ ਜਿਹੜੇ ਜਾਨਵਰਾਂ ਦੇ ਨਾਲ ਉਹ ਇੱਕ ਰਿਸ਼ਤਾ ਵੱਧ ਜਾਂਦਾ। ਖਾਣ ਪੀਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਿੰਘ ਸਾਹਿਬ ਮੈਂ ਵੇਖ ਰਿਹਾ ਕਿ ਇਨਸਾਨਾਂ ਦੇ ਲਈ ਤਾਂ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ, ਕੀ ਇਹਨਾਂ ਜਾਨਵਰਾਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ, ਇਹਨਾਂ ਦੇ ਲਈ ਕੀ ਜਿਹੜਾ ਉੱਥੇ ਕੀਤਾ ਜਾ ਰਿਹਾ ਜੀ? ਹਾਂਜੀ ਜੀ, ਜਾਨਵਰ ਵਾਸਤੇ ਅਸੀਂ ਵੀ ਖਾਣਾ ਉੱਥੇ ਡੋਨੇਟ ਕਰਕੇ ਆਏ ਜੀ, ਤੇ ਉੱਥੇ ਵੀ ਲੋਕ ਜਾਨਵਰ ਵਾਸਤੇ ਵੀ ਡੋਨੇਟ ਕਰ ਰਹੇ ਨੇ ਜੀ, ਤੇ ਉੱਥੇ ਦੀ ਜਿਹੜੀ ਕਾਉਂਸਲ ਹੈਗੀ ਉਹ ਵੀ ਪ੍ਰੋਵਾਈਡ ਕਰ ਰਹੀ ਹੈ ਜੀ ਖਾਣਾ,
ਉਹਨਾਂ ਦੇ ਰਹਿਣ ਦਾ ਵੀ ਪੂਰਾ ਪੱਕਾ ਪ੍ਰਬੰਧ ਕੀਤਾ ਗਿਆ। ਉਨਾ ਵਧੀਆ ਨੀ ਆਪਾਂ ਕਹਿ ਸਕਦੇ ਵੀ ਜਿੱਦਾਂ ਘਰ ਹੀ ਰੱਖਿਆ ਹੁੰਦਾ, ਬਟ ਇੰਨਾ ਇਕਦਮ ਜੇ ਆ ਗਿਆ, ਲੇਕਿਨ ਫਿਰ ਵੀ ਉਹਨਾਂ ਨੇ ਬੜਾ ਵਧੀਆ ਟਰਾਈ ਕੀਤਾ ਹੋਇਆ ਕਿ ਉਹਨਾਂ ਨੂੰ ਰੱਖਿਆ ਜਾਵੇ। ਕਾਫੀ ਲੋਕਾਂ ਕੋਲ ਆਪਣੇ ਕੇਜ ਹੈਗੇ ਨੇ ਜਿਹਦੇ ਚ ਉਹਨਾਂ ਨੇ ਆਪਣੇ ਐਨੀਮਲਸ ਰੱਖੇ ਹੋਏ ਆ, ਡੋਗ ਰੱਖੇ ਹੋਏ ਆ, ਕੈਟ ਰੱਖੇ ਹੋਏ ਆ, ਉਹਨਾਂ ਦੇ ਆਪਣੇ ਕੇਜ ਹੈਗੇ ਆ, ਬਟ ਖਾਣਾ ਪ੍ਰੋਵਾਈਡ ਉਹਨਾਂ ਨੂੰ ਪ੍ਰੋਪਰ ਹੋ ਰਿਹਾ ਉੱਥੇ, ਉਹਨਾਂ ਦੇ ਐਨੀਮਲਸ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ, ਕਿਉਂਕਿ ਉੱਥੇ ਇੱਕ ਡੋਗ ਕਲੱਬ ਹੈਗਾ ਜਿਹੜੇ ਪੂਰੀ ਪ੍ਰੋਪਰ ਉਹਨਾਂ ਦੀ ਟੇਕ ਕੇਅਰ ਕਰ ਰਹੇ ਨੇ ਜੀ, ਉਹਨਾਂ ਦੇ ਵਲੰਟੀਅਰ ਲੱਗੇ ਹੋਏ ਆ। ਸੋ ਮਨਪ੍ਰੀਤ ਜੀ, ਜਦੋਂ ਆਪਾਂ ਗਰਾਊਂਡ ਜ਼ੀਰੋ ਦੀ ਗੱਲ ਕਰਦੇ ਹਾਂ ਤੇ ਉੱਥੇ ਇਮੋਸ਼ਨਲੀ ਲੋਕ ਕਾਫੀ ਡਾਊਨ ਹੋਏ ਹੋਣਗੇ, ਕਿਉਂਕਿ ਇਦਾਂ ਦੇ ਹਾਲਾਤ ਜਿਹੜੇ ਆ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਕਿਸੇ ਦੇਸ਼ ਦੇ ਵਿੱਚ, ਔਰ ਲਗਾਤਾਰ ਇੰਨੀ ਜਿਹੜੀ ਮਾਰ ਪਈ ਆ। ਸੋ ਉਸ ਅੱਗ ਦੀ ਮਾਰ ਦੀ ਵਜ੍ਹਾ ਕਰਕੇ ਕੀ ਹਾਲਾਤ ਨੇ ਉੱਥੇ, ਇਮੋਸ਼ਨਲੀ ਲੋਕ ਕਿਵੇਂ ਦਾ ਹੁਣ ਮਹਿਸੂਸ ਕਰ ਰਹੇ ਨੇ? ਦੇਖੋ, ਜਦ ਮੈਂ ਲਾਸਟ ਵੀਕ ਉੱਥੇ ਸੀਗਾ, ਮੈਂ ਇੱਕ ਲੇਡੀ ਨੂੰ ਮਿਲਿਆ ਸੀਗਾ, ਉਹਨਾਂ ਨਾਲ ਜਦ ਮੇਰੀ ਗੱਲਬਾਤ ਹੋ ਰਹੀ ਸੀ ਵਡੋਂਗਾ ਰਿਲੀਫ ਸੈਂਟਰ ਦੇ ਵਿੱਚ, ਤੇ ਉਹ ਗੱਲ ਕਰਨ ਲੱਗੇ, ਉਹ ਰੋ ਪਈ, ਉਹ ਰੋਣ ਲੱਗ ਗਈ। ਉਹਨੂੰ ਬੜਾ ਮੁਸ਼ਕਿਲ ਜਿਹੀ ਅਸੀਂ ਚੁੱਪ ਕਰਾਇਆ ਵੀ, ਉਹ ਕਹਿੰਦੇ ਸੀ ਵੀ ਸਾਡਾ ਵੀ ਅਸੀਂ 100 ਸਾਲ ਹੋ ਗਏ ਉਸ ਜਗ੍ਹਾ ਤੇ ਰਹਿ ਰਹੇ ਸੀਗੇ, ਮੇਰੇ ਗ੍ਰੈਂਡ ਫਾਦਰ, ਮੇਰੇ ਗ੍ਰੈਂਡ ਗ੍ਰੈਂਡ ਫਾਦਰ, ਮੇਰੇ ਫਾਦਰ ਨਾ ਅਸੀਂ ਉੱਥੇ ਹੀ ਵੱਡੇ ਹੋਏ ਹਾਂ ਖੇਡ ਕੇ। ਸਾਡੀ 140 ਕਿੱਲੇ ਏਕੜ ਜ਼ਮੀਨ ਵੀ ਸੀ, ਉਹ ਸਾਰੀ ਸੜ ਗਈ, ਘਰ ਵੀ ਸੜ ਗਿਆ, ਮੈਂ ਤੇ ਮੇਰੀ ਡੋਟਰ, ਮੇਰੀ ਗ੍ਰੈਂਡ ਡੋਟਰ, ਮੈਂ ਉਹਨਾਂ ਨੂੰ ਲੈ ਕੇ, ਨਾਲ ਮੇਰੇ 28 ਘੋੜੇ ਸੀਗੇ, ਉਹਨਾਂ ਨੂੰ ਲੈ ਕੇ ਅਸੀਂ ਉੱਥੋਂ ਦੀ ਨਿਕਲ ਕੇ ਆਏ ਹਾਂ। ਤੇ ਰੋਣ ਲੱਗੀ, ਬਟ ਇਨ ਦੀ ਐਂਡ ਫਿਰ ਜਿਸ ਟਾਈਮ ਉਹਨੂੰ ਜਦ ਹੌਸਲਾ ਦਿੱਤਾ, ਲੇਕਿਨ ਉਹ ਕਹਿੰਦੀ ਵੀ ਲਾਈਫ ਤਾਂ ਮੂਵ ਹੋਊਗੀ ਨਾ, ਇਹਨਾਂ ਪਿੱਛੇ ਲਾਈਫ ਤਾਂ ਨੀ ਰੋਕ ਸਕਦੀ। ਦੇ ਆਰ ਇਮੋਸ਼ਨਲ ਬਟ ਦੇ ਆਰ ਸਟਰੋਂਗ ਵੀ, ਉਹ ਇੰਨੇ ਸਟਰੋਂਗ ਨੇ ਕਿ ਮੈਂ ਕਹਿੰਦਾ ਕਿ ਉਹ ਸਾਡੇ ਨਾਲੋਂ ਵੱਧ ਸਟਰੋਂਗ ਨੇ, ਕਿ ਉਹ ਕਹਿੰਦੇ ਨੇ ਯਾਰ ਕੁਛ ਨੀ ਹੋ ਸਕਦਾ, ਕੋਈ ਨਾ ਆਪਾਂ ਦੁਬਾਰਾ ਬਣਾ ਦਿਆਂਗੇ, ਅਸੀਂ ਜਿੰਨੇ ਹੈਗੇ ਹਾਂ ਕੋਈ ਗੱਲ ਨੀ, ਸਾਰਾ ਕੁਝ ਦੁਬਾਰਾ ਬਣ ਜਾਊਗਾ। ਤੇ ਸਿੰਘ ਸਾਹਿਬ, ਜਿਵੇਂ ਇਸ ਵਕਤ ਤੁਹਾਡੀ ਆਰਗਨਾਈਜੇਸ਼ਨ ਦੇ ਬਹੁਤ ਸਾਰੇ ਵਲੰਟੀਅਰ ਉੱਥੇ ਹੋਣਗੇ, ਕਿੰਨੀ ਕੁ ਗਿਣਤੀ ਆ ਵਲੰਟੀਅਰਸ ਦੀ ਤੇ ਕੀ ਕੰਮ ਕਾਰ ਉਹ ਕਰ ਰਹੇ ਨੇ ਇਸ ਟਾਈਮ? ਦੇਖੋ ਜੀ, ਜਿਹੜੇ ਗਰਾਊਂਡ ਲੈਵਲ ਤੇ ਉਹ 20 ਵਲੰਟੀਅਰ ਉੱਥੇ ਲੱਗੇ ਹੋਏ ਨੇ, 20 ਤੇ ਉਹ ਉੱਥੇ ਉਹਨਾਂ ਨੂੰ ਲੰਚ ਤੇ ਡਿਨਰ ਪ੍ਰੋਵਾਈਡ ਕਰਵਾਉਂਦੇ ਨੇ, ਤੇ ਉੱਥੇ ਜਿਹੜੇ ਆਪਣੇ ਕੋਈ ਲੋਕਲ ਰੈਸਟੋਰੈਂਟ ਹੈਗੇ ਆ ਉਹ ਬੜੀ ਸਾਡੀ ਹੈਲਪ ਕਰਦੇ ਆ। ਸਾਨੂੰ ਫਸਟ ਡੇ ਯਾਦ ਆ, ਬੀਚ ਵਰਥ ਇੰਡੀਅਨ ਰੈਸਟੋਰੈਂਟ ਹੈਗੇ ਆ, ਸ਼ਬੀਰ ਹੁਸੈਨ ਭਾਜੀ, ਉਹ ਹੈਦਰਾਬਾਦ ਦੇ ਸੀਗੇ, ਅਸੀਂ ਉਹਨਾਂ ਨੂੰ ਮੇਲ ਕੀਤਾ, ਉਹਨਾਂ ਨੇ ਆਪ ਹੀ ਕੰਟੈਕਟ ਕੀਤਾ ਨਾ ਸਾਨੂੰ, ਉਹਨਾਂ ਨੇ ਸਾਡੀ ਹੈਲਪ ਕੀਤੀ ਲੰਚ ਤੇ ਡਿਨਰ ਪ੍ਰੋਵਾਈਡ ਕਰਨ, ਕਿਉਂਕਿ ਸਾਡੇ ਕੋਲ ਉੱਥੇ ਕੋਈ ਸਮਾਨ ਨਹੀਂ ਸੀਗਾ, ਅਸੀਂ ਉਹਨਾਂ ਦੀ ਕਿਚਨ ਯੂਜ਼ ਕੀਤੀ, ਸਾਰਾ ਸਮਾਨ ਵੀ ਐਟਲੀਸਟ ਉਹਨਾਂ ਨੇ, ਗਰੋਸਰੀ ਵੀ ਉਹਨਾਂ ਨੇ ਸਾਨੂੰ ਦਿੱਤੀ ਨਾ, ਸਾਡੇ ਈਵਨ ਕਿ ਰਹਿਣ ਦਾ ਵੀ ਸਾਡਾ ਅਰੇਂਜ ਕੀਤਾ ਨਾ, ਉਹਨਾਂ ਦੇ ਆਪਣੇ ਰੈਸਟੋਰੈਂਟ ਦੀ ਜਗ੍ਹਾ ਹੈਗੀ ਸੀ ਕਿ ਉਹ ਠੀਕ ਹੈ। ਅਗਲੇ ਦਿਨ ਸਾਨੂੰ ਉੱਥੋਂ ਕਲਕੱਤਾ ਕਲੱਬ ਮੈਲਬਰਨ ਤੋਂ ਹੈਗੇ ਨੇ ਇੱਕ ਰੈਸਟੋਰੈਂਟ, ਉਹਨਾਂ ਦਾ ਫੋਨ ਆਇਆ ਕਿ ਮੈਂ, ਉਹਨਾਂ ਨੇ ਸਾਨੂੰ ਲੰਚ ਉੱਥੇ ਲਿਜਾ ਕੇ ਪ੍ਰੋਵਾਈਡ ਕਰਵਾਇਆ। ਹੁਣ ਇੱਕ ਓਲਬਰੀ ਤੋਂ ਹੈਗੇ ਇੰਡੀਅਨ ਚਿਮਨੀ ਰੈਸਟੋਰੈਂਟ, ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੁਣ ਓਲਬਰੀ ਤੋਂ ਉਹ ਵਡੋਂਗਾ ਦੇ ਵਿੱਚ ਲੰਚ ਤੇ ਡਿਨਰ ਪ੍ਰੋਵਾਈਡ ਕਰਵਾ ਰਹੇ ਨੇ, ਲਿਆ ਲਾ ਕੇ ਸਾਡੇ ਵਲੰਟੀਅਰ ਉੱਥੇ ਲੱਗੇ ਹੋਏ ਨੇ ਸਰਵਿੰਗ ਕਰਨ, ਉਹਨਾਂ ਨਾਲ ਜਾਂਦੇ ਨੇ ਉਹਨਾਂ ਦੀ ਕਿਚਨ ਚੋਂ ਬਣਵਾ ਕੇ ਤੇ ਉੱਥੇ ਲਿਆ ਕੇ ਸਰਵ ਕਰ ਰਹੇ ਨੇ ਜੀ ਸਾਰਾ ਕੁਛ ਜੀ। ਹਾਂਜੀ, ਹੋਰ ਵਲੰਟੀਅਰ ਕੰਮ ਹੋ ਜਾਂਦੇ ਜਿਹੜੇ ਉੱਥੇ ਦੇ ਕਲੱਬ ਲੋਕਾਂ ਦੇ, ਜਿਵੇਂ ਟੈਂਟ ਲਵਾਉਣੇ ਹੈਗੇ ਆ, ਕਿਉਂਕਿ ਜੋ ਲੋਕ ਲੈ ਕੇ ਆਏ ਉਹ ਟੈਂਟਾਂ ਦੇ ਵਿੱਚ ਰਹਿ ਰਹੇ ਆ, ਉਹਨਾਂ ਦੀ ਕਨੋਪੀਆਂ ਹੋ ਗਈਆਂ ਲਾਣ ਵਾਲੀਆਂ, ਤਾਂ ਮੋਸਟਲੀ ਉਹੀ ਜਿਹੜੀ ਹਲੇ ਵਲੰਟੀਅਰ ਹੈਲਪ ਇਹੀ ਚੱਲ ਰਹੀ ਹੈ, ਜਾਂ ਪਾਣੀ ਵਗੈਰਾ ਪ੍ਰੋਵਾਈਡ ਕਰਵਾ ਤਾ, ਜਿੱਦਾਂ ਕਿ ਹੋਰ ਜੋ ਵੀ ਉਹ ਚੀਜ਼ ਸਾਨੂੰ ਕਹਿੰਦੇ ਨੇ। ਜਿਵੇਂ ਅਸੀਂ ਲਾਸਟ ਵੀਕ ਉੱਥੇ ਸੀਗੇ, ਉੱਥੇ ਧੂੰਆਂ ਬਹੁਤ ਸੀਗਾ ਜੀ, ਠੀਕ ਹੈ ਜੀ, ਸਾਹ ਨਹੀਂ ਆ ਰਿਹਾ ਸੀਗਾ, ਅੱਖਾਂ ਵੀ ਜਲ ਰਹੀਆਂ ਸੀਗੀਆਂ, ਤੇ ਉਹਨਾਂ ਨੇ ਸਾਨੂੰ ਕਿਹਾ ਆਈ ਡ੍ਰੋਪਸ ਲਿਆ ਕੇ ਦਿੱਤੀਆਂ, ਉਹਨਾਂ ਨੂੰ ਮਾਸਕ ਲਿਆ ਕੇ ਦਿੱਤੇ ਜੀ। ਉਹ ਜਿਹੜੀ ਚੀਜ਼ ਉੱਥੇ ਰਿਕੁਆਇਰਮੈਂਟ ਹੁੰਦੀ ਹੈ ਗਰਾਊਂਡ ਲੈਵਲ ਤੇ, ਉਹ ਸਾਡੇ ਵਲੰਟੀਅਰ ਉਸੇ ਟਾਈਮ ਭੇਜੀ ਦੇ ਆ ਜਾ ਕੇ ਕਿ ਉੱਥੋਂ ਬਾਏ ਕਰਕੇ ਲਿਆਓ, ਜਿੰਨਾ ਮਿਲਦਾ ਚੱਕ ਕੇ ਲਿਆਓ, ਇੱਥੇ ਡਿਸਟ੍ਰੀਬਿਊਟ ਕਰ ਜੀ। ਸੋ ਇਸ ਵਕਤ ਦੀ ਗੱਲ ਕਰੀਏ ਤੇ ਭਾਈ ਸਾਹਿਬ, ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਤੇ ਜਦੋਂ ਆਪਾਂ ਮੈਲਬਰਨ ਤੋਂ ਜਿਹੜੇ ਲੋਕ ਚਲੋ ਨਹੀਂ ਵੀ ਜਾ ਸਕਦੇ, ਤੇ ਕਿਵੇਂ ਤੁਹਾਡੀ ਆਰਗੇਨਾਈਜੇਸ਼ਨ ਦੀ ਉਹ ਹੈਲਪ ਕਰ ਸਕਦੇ ਨੇ? ਦੇਖੋ, ਸਾਨੂੰ ਜਿਹੜੀ ਇਸ ਟਾਈਮ ਪਰਸਨਲ ਹਾਈਜੀਨਿਕ ਆਈਟਮਸ ਦੀ, ਫੀਮੇਲ ਸੈਨੀਟਰੀ ਜਿਹੜੀ ਆਈਟਮਸ ਹੁੰਦੀਆਂ, ਫੀਮੇਲ ਹਾਈਜੀਨਿਕ ਹੋ ਗਈਆਂ, ਉਹ ਆਈਟਮਸ ਬੜੀ ਜ਼ਰੂਰੀ ਚਾਹੀਦੇ ਨੇ, ਕਿਉਂਕਿ ਜਿਹੜਾ ਫੂਡ ਹੋ ਗਿਆ ਨਾ, ਪਾਣੀ ਹੋ ਗਿਆ, ਉਹ ਬਹੁਤ ਇਕੱਠਾ ਹੋਇਆ ਹੋਇਆ ਉੱਥੇ, ਉਹਨਾਂ ਕੋਲ ਜਗ੍ਹਾ ਵੀ ਨੀ ਹੈਗੀ ਰੱਖਣ ਦੀ। ਤੁਸੀਂ ਦੇਖਿਆ ਕਿ ਗਵਰਨਮੈਂਟਸ ਵੀ ਸਟੋਕ ਕਰ ਰਹੀਆਂ ਨੇ, ਅਸੀਂ ਰਿਲੀਫ ਸੈਂਟਰ ਹੀ ਹੈਗੇ ਆ, ਸਾਡੇ 4-5 ਵਲੰਟੀਅਰ ਤਾਂ ਉੱਥੇ ਹੀ ਸਮਾਨ ਹੀ ਸੋਰਟ ਕਰਨ ਤੇ ਲੱਗੇ ਹੋਏ ਨੇ, ਤੇ ਹੁਣ ਲੋਕ ਟੈਂਟ ਹੀ ਚ ਰਹਿ ਰਹੇ ਨੇ, ਉਹ ਸਮਾਨ ਕਿੱਥੇ ਰੱਖਣਗੇ ਆਪਣੇ ਕੋਲ, ਕਿੱਥੇ ਲੈ ਕੇ ਜਾਣਗੇ ਸਮਾਨ ਦੀ, ਹਲੇ ਉਹਨਾਂ ਨੂੰ ਇਹ ਸਮਾਨ ਦੀ ਹਲੇ ਲੋੜ ਨੀ ਹੈਗੀ। ਹਾਂ, ਲੋੜ ਪੈ ਰਹੀ ਹੈ, ਜਿੱਦਾਂ ਅਸੀਂ ਦੱਸ ਰਹੇ ਕਿ ਸਾਨੂੰ ਉੱਥੇ ਪਤਾ ਲੱਗਦਾ ਕਿ ਹਾਂ ਵੀ ਹੁਣ ਮਾਸਕ ਦੀ ਲੋੜ ਆ ਗਈ, ਆਈ ਡ੍ਰੋਪਸ ਦੀ ਲੋੜ ਆ ਗਈ, ਪੈਨਾਡੋਲਸ ਹੋ ਗਈਆਂ, ਜਾਂ ਇੱਦਾਂ ਆਈਟਮਾਂ ਹੁੰਦੀਆਂ ਕਿ ਉਹ ਜਦ ਵੀ ਹੈ ਉਹ ਰਿਕੁਆਇਰਮੈਂਟ ਚੇਂਜ ਹੁੰਦੀ ਰਹਿ ਰਹੀ ਹੈ ਨਾ। ਕਈ ਵਾਰੀ ਕੀ ਹੁੰਦਾ ਕਿ ਹਾਂ ਵੀ ਉੱਥੋਂ ਅਸੀਂ ਅਪੀਲ ਕੀਤੀ ਤੇ ਕਾਫੀ ਇਕੱਠੀਆਂ ਹੋ ਗਈਆਂ, ਫਿਰ ਦੂਜੀ ਰਿਕੁਆਇਰਮੈਂਟ ਦੀ ਚੀਜ਼ ਆ ਜਾਂਦੀ। ਹੁਣ ਬੇਬੀ ਵਾਈਫ ਦੀ ਰਿਕੁਆਇਰਮੈਂਟ ਆ ਗਈ ਸੀ ਕਿ ਹੁਣ ਨਹਾਉਣ ਨੂੰ ਪਾਣੀ ਨੀ ਹੈਗਾ ਕਈ ਜਗ੍ਹਾ ਤੇ, ਕਿ ਚਲੋ ਵਾਈਫਸ ਨਾਲ ਹੀ ਲੋਕ ਆਪਣੇ ਆਪ ਨੂੰ ਸਾਫ਼ ਕਰ ਰਹੇ ਹੈ,
ਪ੍ਰੋਪਰ, ਪਾਣੀ ਨਹੀਂ ਹੈਗਾ, ਸੈਨੇਟਾਈਜ਼ਰ ਦੀ ਲੋੜ ਹੈ, ਚਲੋ ਸੈਨੇਟਾਈਜ਼ਰ ਨਾਲ ਹੱਥ ਸਾਫ਼ ਹੋ ਜਾਣਗੇ, ਪਾਣੀ ਨਹੀਂ ਹੈਗਾ, ਸੋਕ ਕੀ ਕਰਾਂਗੇ। ਤੋ ਇਨ ਚੀਜ਼ਾਂ ਦੀ ਉੱਥੇ ਗਰਾਊਂਡ ਲੈਵਲ ਤੇ ਪਤਾ ਲੱਗਦਾ ਕਿ ਹਾਂ ਵੀ ਇਹ ਚੀਜ਼ ਦੀ ਲੋੜ ਹੁਣ ਆ ਗਈ ਹੈ। ਹੁਣ ਸਾਨੂੰ ਪਰਸਨਲ ਹਾਈਜੀਨਿਕ ਚੀਜ਼ਾਂ ਦੀ ਕਾਫੀ ਲੋੜ ਹੈਗੀ ਹੈ, ਬੇਬੀ ਵਾਈਪਸ ਹੋ ਗਏ, ਪਾਣੀ ਤਾਂ ਚੱਲ ਹੀ ਰਿਹਾ, ਪਾਣੀ ਦੀ ਲੋੜ ਰਹਿਣੀ ਰਹਿਣੀ ਹੈ ਜੀ। ਤੇ ਬਾਕੀ ਜਿਹੜੀ ਪਰਸਨਲ ਹਾਈਜੀਨਿਕ ਚੀਜ਼, ਬਾਕੀ ਜਿਹੜੀ ਮੈਂ ਕਹਿੰਦਾ ਕਿ ਫੂਡ ਆਈਟਮ ਥੱਲੇ ਸਟੋਪ ਕਰ, ਕਿਉਂਕਿ ਇਸ ਟਾਈਮ ਫੂਡ ਆਈਟਮਸ ਨਾਲੋਂ ਉੱਥੇ ਅਸੀਂ ਕੁੱਕ ਫੂਡ ਜ਼ਿਆਦਾ ਪ੍ਰੋਵਾਈਡ ਕਰਾ ਰਹੇ ਹਾਂ, ਉਹਦੀ ਜ਼ਿਆਦਾ ਲੋੜ ਹੈਗੀ ਹੈ ਕੁੱਕ ਫੂਡ ਦੀ, ਕਿਉਂਕਿ ਲੋਕਾਂ ਨੂੰ ਇਸ ਟਾਈਮ ਆਪਣੇ ਉਹਨਾਂ ਨੂੰ ਸਿਰਫ ਢਿੱਡ ਭਰਨ ਦਾ ਹੈਗਾ, ਕਿਉਂਕਿ ਉਹ ਟੈਂਟੀ ਚ ਰਹਿ ਰਹੇ ਨੇ, ਸਮਾਨ ਤਾਂ ਕਿਤੇ ਇਕੱਠਾ ਕਰਕੇ ਰੱਖ ਨਹੀਂ ਸਕਦੇ। ਬਾਕੀ ਸਮਾਨ ਦੀ ਲੋੜ ਪਊਗੀ ਜਿਸ ਟਾਈਮ ਰਸਤੇ ਖੁੱਲਣਗੇ, ਆਪਣੇ ਘਰਾਂ ਨੂੰ ਜਾਣਗੇ, ਫਿਰ ਸੰਗਤ ਦੀ ਸੇਵਾਵਾਂ ਦੀ ਲੋੜ ਪਊਗੀ, ਫਿਰ ਫੰਡ ਦੀ ਲੋੜ ਪਊਗੀ। ਤਾਂ ਸੰਗਤ ਨੂੰ ਇਹੀ ਅਪੀਲ ਕਰਾਂਗੇ ਕਿ ਵੇਸਟ ਨਾ ਕਰੋ ਮਨੀ ਆਪਣੀ ਫੂਡ ਦੇ ਉੱਤੇ, ਵੀ ਬਸ ਅਸੀਂ ਡੋਨੇਟ ਹੀ ਕਰਨਾ ਤਾਂ ਭਰ ਕੇ ਟਰੱਕ ਅਸੀਂ ਉੱਥੇ ਛੱਡ ਆਈਏ, ਉਹ ਹਲੇ ਕੰਮ ਨਾ ਕਰੋ, ਸਮਝਦਾਰੀ ਨਾਲ ਚੱਲੋ। ਜਿਹੜੀਆਂ ਓਰਗਨਾਈਜੇਸ਼ਨਾਂ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਨੇ, ਬੇਸ਼ੱਕ ਨਹੀਂ ਸਾਨੂੰ ਕਰਨਾ ਕਿਸੇ ਹੋਰ ਨੂੰ ਕਰਨਾ, ਵੀ ਜਿਹੜੀ ਵੀ ਓਰਗਨਾਈਜੇਸ਼ਨ ਉੱਥੇ ਕਰ ਰਹੀ ਉਹਨਾਂ ਨਾਲ ਗੱਲ ਕਰਕੇ ਸਮਾਨ ਲੈ ਕੇ ਜਾਓ, ਉਹ ਜ਼ਿਆਦਾ ਵਧੀਆ ਰਹੂਗਾ, ਜਿਹੜਾ ਤੁਹਾਡਾ ਦਸਵੰਦ ਹੈ ਉਹ ਸਹੀ ਲੇਖੇ ਲੱਗੂਗਾ ਜੀ। ਮਨਪ੍ਰੀਤ ਜੀ, ਸਵਾਲ ਸਰਕਾਰਾਂ ਦੇ ਉੱਤੇ ਵੀ ਆਉਂਦੇ ਨੇ ਅਤੇ ਸਰਕਾਰੀ ਜਿਹੜੀਆਂ ਓਬਵੀਅਸਲੀ ਓਰਗਨਾਈਜੇਸ਼ਨਸ ਲੱਗੀਆਂ ਹੋਈਆਂ ਨੇ ਉੱਥੇ ਵੀ ਕੰਮਕਾਰ ਕਰ ਰਹੀਆਂ ਨੇ, ਕੀ ਉਹ ਠੀਕ ਸਾਥ ਦੇ ਪਾ ਰਹੀਆਂ ਨੇ, ਜੋ ਜ਼ਰੂਰਤਾਂ ਨੇ ਬਣਦੀਆਂ ਸਰਦੀਆਂ ਉਹ ਕਰ ਪਾ ਰਹੇ ਨੇ ਜਾਂ ਨਹੀਂ? ਨਹੀਂ, ਉਹ ਲੱਗੇ ਹੋਏ ਜੀ, ਆਪਣੇ ਜ਼ੋਰ ਨਾਲ ਉਹ ਵੀ ਲੱਗੇ ਹੋਏ ਜੀ, ਕਰ ਰਹੇ ਹਾਂ ਜੀ ਜਿੰਨਾ ਉਹ ਕਰ ਸਕਦੇ ਹੈ, ਸਾਨੂੰ ਪੂਰੀ ਸਪੋਰਟ ਮਿਲੀ ਹੈ ਜੀ ਉੱਥੋਂ ਦੀ, ਤੇ ਇਹ ਕਿ ਵੰਡ ਕੇ ਕੰਮ ਹੋ ਰਹੇ ਨੇ, ਸਾਰੀ ਓਰਗਨਾਈਜੇਸ਼ਨ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ। ਹੁਣ ਅਸੀਂ ਉੱਥੇ 3 ਜਾਂ 4 ਕਲੱਬ ਹੈਗੇ ਹਾਂ ਸਾਰਿਆਂ ਨੇ, ਜਿਵੇਂ ਡਿਊਟੀਆਂ ਵੰਡੀਆਂ ਨੇ, ਕੋਈ ਲੰਚ ਪ੍ਰੋਵਾਈਡ ਕਰੂਗਾ, ਕੋਈ ਡਿਨਰ ਕਰੂਗਾ, ਕੋਈ ਬ੍ਰੇਕਫਾਸਟ ਦਾ ਅਰੇਂਜ ਕਰੂਗਾ। ਸੋ ਉਹਨਾਂ ਨੇ ਬਰਡਨ ਘਟਾਇਆ ਵੀ ਹੋਇਆ ਤੇ ਪਲੈਨਿੰਗ ਨਾਲ ਵੀ ਚੱਲ ਰਹੇ ਨੇ ਕਿ ਅਸੀਂ ਵੇਸਟ ਨਾ ਕਰੀਏ ਕਿ ਸਾਰੇ ਜਣੇ ਲਾ ਦੇ ਇੱਕੋ ਵਾਰੀ। ਉਹ ਡਿਊਟੀਆਂ ਸਾਨੂੰ ਵੀ ਉਹਨਾਂ ਨੇ ਦਿੱਤੀਆਂ ਹਨ ਕਿ ਤੁਸੀਂ ਇਸ ਦਿਨ ਲੰਚ ਤੇ ਡਿਨਰ ਪ੍ਰੋਵਾਈਡ ਕਰਨਾ, ਇਸ ਦਿਨ ਸਾਨੂੰ ਵਲੰਟੀਅਰ ਬੰਦਿਆਂ ਦੀ ਲੋੜ ਹੈਗੀ ਹੈ, ਤਾਂ ਇਸ ਦਿਨ ਇਹ ਕੰਮ ਹੈਗਾ, ਉਹ ਉਹਦਾ ਓਰਗਨਾਈਜ਼ ਕਰਕੇ ਕੰਮ ਚੱਲ ਰਿਹਾ। ਲੇਕਿਨ ਉਹ ਸਾਰਾ ਚੱਲ ਸਾਰੀ ਓਰਗਨਾਈਜ਼ੇਸ਼ਨ ਨਾਲ ਉੱਥੇ ਇਕੱਠੇ ਮਿਲ ਕੇ ਕਰ ਰਹੀਆਂ, ਗੌਰਮੈਂਟ ਵਾਲੀ ਵੀ ਤੇ ਸਾਰੀਆਂ ਦੀ, ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਜੀ। ਜੀ ਮਨਪ੍ਰੀਤ ਜੀ, ਸਵਾਲ ਇਹ ਆ ਜਾਂਦਾ ਹੈ ਕਿ ਜਦੋਂ ਸਾਡੀਆਂ ਓਰਗਨਾਈਜ਼ੇਸ਼ਨਸ ਜਿਹੜੀਆਂ ਉੱਥੇ ਕੰਮਕਾਰ ਕਰਦੀਆਂ ਨੇ, ਅਤੇ ਹਮੇਸ਼ਾ ਹੀ ਇਹ ਚੀਜ਼ ਆਉਂਦੀ ਆ ਕਿ ਆਪਾਂ ਵੱਧ ਚੜ੍ਹ ਕੇ ਜਿਹੜਾ ਕੰਮਕਾਰ ਕਰਦੇ ਹਾਂ, ਠੀਕ ਹੈ ਜੀ, ਔਰ ਜਿੰਨੀ ਜ਼ਰੂਰਤ ਹੁੰਦੀ ਆ ਉਹਦੇ ਨਾਲੋਂ ਵੀ ਕਈ ਵਾਰੀ ਆਪਾਂ ਵੱਧ ਹੀ ਕਰਦੇ ਹਾਂ। ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਚਲੋ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਆ ਸਾਨੂੰ ਕੁਝ ਇਸੇ ਤਰ੍ਹਾਂ ਦੀ ਆ ਕਿ ਬਈ ਜਿੱਥੇ ਜ਼ਰੂਰਤ ਆ ਜ਼ਰੂਰਤਮੰਦਾਂ ਦੀ ਆਪਾਂ ਮਦਦ ਜ਼ਰੂਰ ਕਰਨੀ ਆ। ਮੈਂ ਤੁਹਾਡੇ ਕੋਲੋਂ ਇੱਕ ਵਾਰੀ ਫਿਰ ਜਾਣਨਾ ਚਾਹੂੰਗਾ ਕਿ ਕੀ ਅਪੀਲ ਕਰਦੇ ਹੋ ਤੁਸੀਂ ਲੋਕਾਂ ਨੂੰ ਕਿ ਇਸ ਵਕਤ ਕੀ ਜ਼ਰੂਰਤ ਆ ਅਤੇ ਕਿਵੇਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਅੱਜ ਆਹ ਜ਼ਰੂਰਤ ਆ, ਕੱਲ੍ਹ ਆਹ ਜ਼ਰੂਰਤ ਆ, ਕਿਵੇਂ ਕਿਵੇਂ ਤੁਹਾਨੂੰ ਫੋਲੋ ਕਰ ਸਕਦੇ ਨੇ? ਦੇਖੋ ਜੀ, ਫਸਟ ਆਫ ਆਲ ਅਸੀਂ ਕਹਾਂਗੇ ਜੀ, ਆਪਣਾ ਸਾਡਾ ਫੇਸਬੁੱਕ ਪੇਜ ਜ਼ਰੂਰ ਲਾਈਕ ਕਰੋ, ਆਸਟ੍ਰੇਲੀਅਨ ਸਿੱਖ ਸਪੋਰਟ, ਉੱਥੇ ਅਸੀਂ ਪਾ ਦਿੰਦੇ ਹਾਂ ਜੀ। ਦੂਜਾ ਜਿਹੜਾ ਸਾਡੀ ਵੈਬ ਆਪਣਾ ਪੇਜ 'ਤੇ ਨੰਬਰ ਹੈਗਾ, ਉਹਦੇ 'ਤੇ ਕੋਲ ਕਰ ਲਿੱਤੀ ਜਾਵੇ, ਕਿਉਂਕਿ ਆਪਾਂ ਗਰਾਊਂਡ ਲੈਵਲ 'ਤੇ ਫੋਨ ਉੱਥੇ ਹੀ ਹੈਗਾ, ਉੱਥੇ ਹੀ ਚੱਲ ਰਿਹਾ ਨੰਬਰ, ਅਤੇ ਉੱਥੇ ਸਾਨੂੰ ਪਤਾ ਲੱਗਦਾ ਰਹਿੰਦਾ ਜਾਂ ਜੇ ਕੋਈ ਹੋਰ ਵੀ ਗੱਲ ਕਰਨਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਡਾਇਰੈਕਟ ਗਾਈਡ ਕਰ ਦਿੰਦੇ ਹਾਂ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਹੈ। ਸਾਨੂੰ ਵਲੰਟੀਅਰਸ ਦੇ ਵੀ ਕਾਫੀ ਫੋਨ ਆ ਰਹੇ ਹੈ, ਮੈਂ ਵਲੰਟੀਅਰਸ ਨੂੰ ਮੈਸੇਜ ਵੀ ਇਹੀ ਕਰ ਰਿਹਾ ਕਿ ਆਪਣੀ ਐਨਰਜੀ ਥੋੜ੍ਹੀ ਜਿਹੀ ਸਾਂਭ ਕੇ ਰੱਖੀ ਜਾਵੇ, ਕਿਉਂਕਿ ਹੁਣ ਵਲੰਟੀਅਰ ਜਿਹੜੇ ਲੱਗੇ ਹੋਏ ਆ ਇਨਫ ਹੈਗੇ ਆ ਉਸ ਏਰੀਏ 'ਚ, ਸਾਨੂੰ ਬਾਹਰ ਹੀ 'ਚ ਲੋੜ ਪੈਣੀ ਹੈ, ਕਿਉਂਕਿ ਜਦ ਲੋਕਾਂ ਨੇ ਘਰੇ ਜਾਣਾ ਉਹਨਾਂ ਦੇ ਘਰਾਂ ਦੀ ਸਫਾਈ ਹੋਣੀ ਹੈ, ਉਹਨਾਂ ਦੇ ਘਰੇ ਦੀ ਮੇਨਟੇਨੈਂਸ ਹੋਣੀ ਹੈ, ਸਾਨੂੰ ਉੱਥੇ ਬਹੁਤ ਲੋੜ ਪੈਣੀ ਹੈਗੀ ਹੈ। ਤਾਂ ਆਪਾਂ ਐਨਰਜੀ ਥੋੜ੍ਹੀ ਜਿਹੀ ਸਾਂਭ ਕੇ ਰੱਖੀਏ, ਫੰਡਸ ਦੀ ਲੋੜ ਹੈਗੀ ਹੈ ਜੇ ਜਾਂਦੇ ਆ ਲੋਕ ਮਨੀ ਵਾਈਜ਼, ਤਾਂ ਮੈਂ ਕਹਿੰਦਾ ਮਨੀ ਇਜ਼ ਦਾ ਬੈਸਟ, ਕਿ ਤੁਸੀਂ ਸਾਨੂੰ ਜੇ ਮਨੀ ਟ੍ਰਾਂਸਫਰ ਕਰ ਦਿੰਦੇ ਤਾਂ ਉਹ ਵਧੀਆ ਹੁੰਦਾ ਕਿ ਅਸੀਂ ਜੇ ਉੱਥੇ ਗਰਾਊਂਡ 'ਤੇ ਹੈਗੇ ਹਾਂ ਲੈਵਲ 'ਤੇ, ਤਾਂ ਉੱਥੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਉੱਥੋਂ ਬਾਏ ਕਰਕੇ ਸਿੱਧੀ ਸਟੇਟਵੇ ਪਹੁੰਚਾ ਦਿੰਦੇ। ਬਟ ਜੇ ਨਹੀਂ ਮਨੀ ਕਰ ਸਕਦੇ ਤਾਂ ਕੋਈ ਸਮਾਨ ਦੇਣਾ ਚਾਹੁੰਦਾ ਤਾਂ ਉਸ ਟਾਈਮ ਸਾਨੂੰ ਜ਼ਰੂਰ ਫੋਨ ਕਰ ਲਵੇ, ਸਾਡੇ ਆਪਣੇ 'ਤੇ ਜਾ ਕੇ ਫੋਨ ਨੰਬਰ ਸੀਗਾ, ਸਾਡੇ ਫੋਨ 'ਤੇ ਜਾ ਕੇ ਉੱਥੇ ਫੋਨ ਸਾਨੂੰ ਅਪਡੇਟ ਲੈ ਲਵੇ। ਮੈਂ ਬੇਨਤੀ ਇਹੀ ਕਰੂੰਗਾ ਸਾਰੇ ਵਲੰਟੀਅਰਸ ਨੂੰ ਕਿ ਆਪਣਾ ਜੋਸ਼ ਜਿਹੜਾ ਥੋੜ੍ਹਾ ਸਾਂਭ ਕੇ ਰੱਖਣ, ਐਨਰਜੀ ਆਪਣੀ ਸਾਂਭ ਕੇ ਰੱਖਣ, ਕਿਉਂਕਿ ਸਾਨੂੰ ਵਲੰਟੀਅਰ ਦੀ ਲੋੜ ਪੈਣੀ ਹੈ ਬਾਅਦ ਵਿੱਚ, ਅਤੇ ਅਸੀਂ ਜਿਹੜਾ ਪੰਜ ਦਸ ਹੁਣ ਸਾਡੇ ਵਲੰਟੀਅਰ ਉੱਥੇ ਕਾਫੀ ਹੈਗੇ ਜਿਹੜੇ ਲੱਗੇ ਹੋਏ ਆ ਲੰਗਰ ਵਰਤਾਉਣ 'ਤੇ ਜਾਂ ਉਹਨਾਂ ਦੀ ਸੰਭਾਲ ਕਰਨ 'ਤੇ, ਲੇਕਿਨ ਬਾਅਦ ਦੇ ਵਿੱਚ ਸਾਨੂੰ ਵਲੰਟੀਅਰ ਦੀ ਬਹੁਤ ਲੋੜ ਪੈਣੀ ਹੈ। ਮੈਂ ਇਹੀ ਕਹੂੰਗਾ ਕਿ ਜਿਵੇਂ ਲੋਕੀ ਸਾਰੇ ਆਪਣੇ ਘਰਾਂ ਨੂੰ ਜਾਣਗੇ ਵਾਪਿਸ, ਤਾਂ ਉਹਨਾਂ ਦੇ ਘਰ ਦੀ ਕਲੀਨਿੰਗ ਹੋਣੀ ਹੈ, ਸਫਾਈ ਹੋਣੀ ਹੈ, ਮੇਨਟੇਨੈਂਸ ਹੋਣੀ ਹੈ, ਤਾਂ ਉੱਥੇ ਵਲੰਟੀਅਰ ਦੀ ਸਾਨੂੰ ਬਹੁਤ ਲੋੜ ਪੈਣੀ ਹੈ। ਅਸੀਂ ਪਾਵਾਂਗੇ ਵੀ ਫੇਸਬੁੱਕ 'ਤੇ, ਜਿੰਨੇ ਜੁੜ ਸਕਦੇ ਹੋ ਨਾਲ ਜੁੜੋ, ਫੇਸਬੁੱਕ ਸਾਡਾ ਪੇਜ ਲਾਈਕ ਕਰੋ, ਉੱਥੋਂ ਦੀ ਅਪਡੇਟ ਮਿਲਦੀ ਰਹੂਗੀ। ਅਤੇ ਜੀ, ਸੋ ਭਾਜੀ ਜਾਂਦੇ ਜਾਂਦੇ ਸਿਰਫ ਇੱਕ ਆਖਰੀ ਸਵਾਲ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਜਾਜ਼ਤ ਹੀ ਚਾਹਵਾਂਗੇ ਤੁਹਾਡੇ ਕੋਲ, ਕਿਉਂਕਿ ਤੁਸੀਂ ਵੀ ਬਿਜ਼ੀ ਹੋ ਇਸ ਵਕਤ, ਕਾਫੀ ਜ਼ਿਆਦਾ ਕੰਮਕਾਰ ਕਰਨ ਵਾਲੇ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ। ਭਾਜੀ ਉੱਥੇ ਦੇ ਹਾਲਾਤ ਜਦੋਂ ਤੁਸੀਂ ਵੇਖੇ ਨੇ ਜਾ ਕੇ, ਕੀ ਹਾਲਾਤ ਨੇ ਉੱਥੇ ਦੇ, ਗਰਾਊਂਡ ਰਿਐਲਿਟੀ ਕੀ ਆ ਜਦੋਂ ਅੱਗ
ਜੇ ਉਹਨਾਂ ਲੋਕਾਂ ਨੂੰ ਪੁੱਛੇ ਤਾਂ ਆਖਦੇ ਨੇ ਬਹੁਤ ਨੁਕਸਾਨ ਕੀਤਾ ਜੀ ਲੋਕ ਆਪਣਾ ਜੇ ਜਿਹੜੇ ਰਿਲੀਫ ਸੈਂਟਰ ਵਿੱਚ ਰਹਿ ਰਹੇ ਨੇ ਉਹਨਾਂ ਦੀ ਸਾਰੀ ਫਸਲ ਵਾਲੀ ਜਿਹੜੀ ਜ਼ਮੀਨਾਂ ਨੇ ਉਹ ਖਤਮ ਹੋ ਗਈਆਂ ਨੇ, ਘਰ ਖਤਮ ਹੋ ਗਏ ਨੇ। ਅਸੀਂ ਦੇਖ ਲੈਂਦੇ ਕਿ ਨੀਅਰਲੀ 500,000 ਜਿਹੜੀ ਏਕੜ ਜਿਹੜੀ ਬੰਦ ਹੋ ਚੁੱਕੀ ਹੈ, ਜੇ ਤੁਸੀਂ ਫਾਰਮਿੰਗ ਲੈਂਡ ਵੀ ਕਹਿ ਦਿੰਦੇ, ਕੁਛ ਲੈਂਡ ਵੀ ਕਹਿ ਦਿੰਦੇ ਕਿ ਉਹ ਖਤਮ ਹੋ ਚੁੱਕੀ। ਤੇ ਹੁਣ ਜਿਹੜਾ ਕਿਸਾਨ ਹੈਗਾ, ਫਾਰਮ ਹੈਗਾ, ਫਾਰਮਰ ਹੈਗਾ, ਉਹ ਆਪਣੀ ਐਗਰੀਕਲਚਰ ਲੈਂਡ ਦੇ ਉੱਤੇ ਹੀ ਡਿਪੈਂਡ ਹੈਗਾ। ਹੁਣ ਜੇ ਉਹਦੀ ਐਗਰੀਕਲਚਰ ਹੀ ਖਤਮ ਹੋ ਜਾਂਦੀ ਹੈ ਤਾਂ ਉਹਦਾ ਤਾਂ ਇੱਕ ਤਰ੍ਹਾਂ ਦਾ ਸਾਰਾ ਬਿਜ਼ਨਸ ਹੀ ਖਤਮ ਹੋ ਗਿਆ, ਘਰ ਵੀ ਖਤਮ ਹੋ ਗਿਆ, ਤਾਂ ਉਹ ਤਾਂ ਇੱਕ ਤਰ੍ਹਾਂ ਦੇ ਜ਼ੀਰੋ ਲੈਵਲ ਤੇ ਆ ਗਿਆ। ਉਹ ਹੁਣ ਉਹਨਾਂ ਨੂੰ ਉੱਠਣ ਵਾਸਤੇ ਬਹੁਤ ਟਾਈਮ ਲੱਗ ਜਾਣਾ, ਬਹੁਤ ਹੀ ਟਾਈਮ ਲੱਗਣਾ। ਅਸੀਂ ਨੁਕਸਾਨ ਜਿੰਨਾ ਹੋਇਆ ਉਹ ਮੈਂ ਕਹਿੰਦਾ ਜੀ ਪੈਸਿਆਂ ਵਾਈਜ਼ ਵੀ ਹੋਇਆ ਤੇ ਜਿਹੜੀ ਉਹਨਾਂ ਦੀ ਇਮੋਸ਼ਨਲ ਵਾਈਜ਼ ਜਿਹੜਾ ਨੁਕਸਾਨ ਹੋਇਆ ਉਹ ਪੂਰਾ ਕਰਨਾ ਮੈਨੂੰ ਨੀ ਲੱਗਦਾ ਕਿ ਉਹ ਇੰਨੀ ਜਲਦੀ ਪੂਰਾ ਹੋ ਪਾਊਗਾ, ਤੇ ਮੈਂ ਉਹਨੂੰ ਕੋਈ ਡਿਸਕ੍ਰਾਈਬ ਕਰ ਸਕਾਂ ਕਿ ਉਹ ਕਿੰਨਾ ਕੁ ਨੁਕਸਾਨ ਉਹਨਾਂ ਦਾ ਹੋਇਆ। ਜੋ ਇਮੋਸ਼ਨਲੀ ਹੈ, ਜੋ ਉਹਨਾਂ ਦੀ, ਜਦ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਪੈਸੇ ਵਾਈਜ਼ ਤਾਂ ਹੋਇਆ ਹੀ ਹੋਇਆ, ਜਦੋਂ ਕਹਿੰਦੇ ਸਾਡੀ ਮੈਮਰੀ ਸੀਗੀ ਹਨਾ, ਮੇਰੇ ਗ੍ਰੈਂਡ ਫਾਦਰ, ਮੇਰੇ ਫਾਦਰ ਉੱਥੇ ਰਹੇ ਨੇ, ਸਾਡਾ ਕਿੰਨਾ ਸੀ, ਸਾਡੇ ਐਨੀਮਲਸ ਕਿੰਨੇ ਮਰ ਗਏ ਨਾ ਜਿਹਨਾਂ ਨਾਲ, ਕਿਉਂਕਿ ਉਹ ਐਨੀਮਲਸ ਨੂੰ ਵੀ ਆਪਣੇ ਬੱਚਿਆਂ ਵਾਂਗ ਰੱਖਦੇ ਨੇ। ਬਿਲਕੁਲ ਬਿਲਕੁਲ, ਠੀਕ ਹੈ ਨਾ। ਉਹ ਚੀਜ਼ਾਂ ਨੀ ਮੁੜਨੀਆਂ, ਉਹ ਨੁਕਸਾਨ ਤੁਸੀਂ ਮਿਲ ਨੀ ਸਕਦੇ, ਉਹ ਨੁਕਸਾਨ ਮੈਂ ਐਕਸਪਲੇਨ ਨੀ ਕਰ ਸਕਦਾ ਵੀ ਉਹ ਨੁਕਸਾਨ ਕਿੰਨਾ ਹੋਇਆ। ਜੀ ਜੀ, ਸੋ ਅਮਨਪ੍ਰੀਤ ਜੀ ਆਖਰੀ ਦੇ ਜਾਂਦੇ ਜਾਂਦੇ, ਕਿਵੇਂ ਸਾਡੇ ਵਲੰਟੀਅਰ ਇਸ ਵਕਤ ਜਿਹੜੇ ਕੰਮ ਕਾਰ ਕਰ ਰਹੇ ਨੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਜੀ? ਹਾਂਜੀ, ਪੂਰੀ ਚੜ੍ਹਦੀ ਕਲਾ ਵਿੱਚ ਨੇ ਜੀ, ਪੂਰੇ ਜੋਸ਼ ਨਾਲ ਲੱਗੇ ਹੋਏ ਨੇ। ਮੈਂ ਕਹਿੰਦਾ ਡੈਡੀਕੇਸ਼ਨ ਬਹੁਤ ਹੈ ਜੀ ਵਲੰਟੀਅਰਸ ਨੂੰ, ਸਾਨੂੰ ਆਪਣੇ ਰਿਸੋਰਸਿਸ ਵੀ ਪ੍ਰੋਵਾਈਡ ਕਰਾ ਰਹੇ ਨੇ, ਸਾਡੇ ਵਲੰਟੀਅਰ ਫੰਡ ਵੀ ਪ੍ਰੋਵਾਈਡ ਕਰਵਾ ਰਹੇ ਤੇ ਟਾਈਮ ਵੀ ਦੇ ਰਹੇ। ਇਸ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਕਿ ਵਲੰਟੀਅਰਸ ਆਪ ਇਹ ਚੀਜ਼ਾਂ ਪ੍ਰੋਵਾਈਡ ਕਰਦੇ ਹੋਣ। ਸੰਗਤਾਂ ਤਾਂ ਦੇ ਹੀ ਰਹੀਆਂ ਨੇ, ਬਟ ਵਲੰਟੀਅਰਸ ਵੀ ਇਹ ਚੀਜ਼ਾਂ ਪ੍ਰੋਵਾਈਡ ਕਰ ਰਹੇ, ਤਾਂ ਇਹ ਸਾਡੇ ਵਾਸਤੇ ਬੜੀ ਵੱਡੀ ਅਚੀਵਮੈਂਟ ਹੋ ਜਾਂਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਭਾਅ ਜੀ ਸਾਡੇ ਨਾਲ ਗੱਲ ਕਰਨ ਦੇ ਲਈ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਤੁਹਾਡੀ ਸੰਸਥਾ ਨੂੰ ਜ਼ਰੂਰਤ ਪੈਂਦੀ ਆ, ਉਹ ਸਮਾਨ ਜਾਂ ਮਾਇਕ ਸਹਾਇਤਾ ਦੀ ਜ਼ਰੂਰਤ ਪੈਂਦੀ ਆ, ਤਾਂ ਉਹ ਮਦਦਕਾਰ ਜਿਹੜੀ ਆਪਣੀ ਭਾਈਚਾਰਾ ਸਾਬਤ ਹੋਏਗਾ। ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਹਾਂਜੀ ਰੇਡੀਓ ਦੀ ਹੋਲ ਟੀਮ ਨੂੰ ਜੀ, ਥੈਂਕ ਯੂ ਵੈਰੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਮਨਪ੍ਰੀਤ ਸਿੰਘ ਸਪਰਾ ਜੀ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸਾਂ, ਔਰ ਇਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਸਾਨੂੰ ਚੀਜ਼ਾਂ ਜਿਹੜੀਆਂ ਦੱਸਣ ਦੀ ਕੋਸ਼ਿਸ਼ ਕੀਤੀ, ਔਰ ਜ਼ਰੂਰ ਉਮੀਦ ਕਰਦੇ ਹਾਂ ਕਿ ਦੋਸਤੋ ਹੁਣ ਅਜਾਈਂ ਜਿਹੜੀਆਂ ਨੇ ਆਪਣੀਆਂ ਡੋਨੇਸ਼ਨਸ ਨਾ ਗਵਾਉਣ, ਥੋੜ੍ਹਾ ਜਿਹਾ ਇੰਤਜ਼ਾਰ ਕਰ ਲੈਣ। ਉੱਥੇ ਮੌਕੇ ਦੇ ਉੱਤੇ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਆ ਉਹ ਜ਼ਰੂਰ ਖਿਆਲ ਰੱਖਿਆ ਜਾਵੇ। ਜਿੰਨੀਆਂ ਵੀ ਗੱਲਾਂ ਬਾਤਾਂ ਹੁਣ ਤੱਕ ਹੋਈਆਂ ਨੇ ਤਾਂ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਅਗਰ ਹੋ ਸਕੇ ਤਾਂ ਪੈਸੇ ਦੇ ਨਾਲ ਜਿਹੜੀ ਆ ਤੁਸੀਂ ਸਾਡੀ ਮਦਦ ਕਰੋ, ਕਿਉਂਕਿ ਜਿਹੜਾ ਸਮਾਨ ਆ ਉਹ ਪਹਿਲਾਂ ਹੀ ਬਹੁਤ ਸਾਰਾ ਜਿਹੜਾ ਉਹਨਾਂ ਦੇ ਕੋਲ ਪਹੁੰਚ ਚੁੱਕਿਆ ਜੀ। ਸੋ ਇਸ ਹਿੱਸੇ 'ਚ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ, ਫਿਰ ਦੁਬਾਰਾ ਮੁੜਦੇ ਹਾਂ ਜੀ। ਇਸੇ ਤਰ੍ਹਾਂ ਤੁਹਾਡਾ ਅਤੇ ਸਾਡਾ ਸਾਥ ਰਵੇ ਬਰਕਰਾਰ। ਰੇਡੀਓ ਹਾਂਜੀ 1676 AM।